ਜੈ ਰੰਧਾਵਾ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਜੇ ਜੱਟ ਵਿਗੜ ਗਿਆ ਦੇ ਬਿਹਾਈਂਡ ਦ ਸੀਨਸ 'ਚੋਂ ਇੱਕ ਹੋਰ ਤਸਵੀਰ ਕੀਤੀ ਸਾਂਝੀ। ਜੀ ਹਾਂ, ਰੀਸੈਂਟਲੀ ਜੈ ਰੰਧਾਵਾ ਦੇ ਵੱਲੋਂ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਗਈ ਹੈ ਜੇ ਜੱਟ ਵਿਗੜ ਗਿਆ ਫਿਲਮ ਦੇ ਵਿੱਚੋਂ। ਇਸ ਤਸਵੀਰ ਦੇ ਵਿੱਚ ਵੀ ਜੈ ਰੰਧਾਵਾ ਸਾਨੂੰ ਐਕਸ਼ਨ ਪਰਫੋਰਮ ਕਰਦੇ ਹੋਏ ਨਜ਼ਰ ਆ ਰਹੇ ਨੇ, ਫਾਈਟ ਸੀਨ ਪਰਫੋਰਮ ਕਰਦੇ ਹੋਏ ਨਜ਼ਰ ਆ ਰਹੇ ਨੇ। ਜੈ ਰੰਧਾਵਾ ਦੇ ਵੱਲੋਂ ਖੁਦ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤੀ ਗਈ ਹੈ ਅਤੇ ਲਿਖਿਆ ਗਿਆ, ਤਿਆਰ ਹੋ 17 ਮਈ ਲਈ ਜੇ ਜੱਟ ਵਿਗੜ ਗਿਆ। ਜਿਸ ਤੋਂ ਬਾਅਦ ਉਹਨਾਂ ਦੇ ਕਾਫੀ ਸਾਰੇ ਫੈਨਸ ਨੇ ਰਿਪਲਾਈ ਵੀ ਕੀਤਾ ਕਿ ਬਿਲਕੁਲ ਬਹੁਤ ਜ਼ਿਆਦਾ ਐਕਸਾਈਟਿਡ ਨੇ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਵਿੱਚ ਵੇਖਣ ਲਈ। ਰੀਸੈਂਟਲੀ ਜੈ ਰੰਧਾਵਾ ਤੇ ਦੀਪ ਸਹਿਗਲ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਸੀ, ਜਿਸ ਵੀਡੀਓ ਦੇ ਵਿੱਚ ਉਹ ਜੇ ਜੱਟ ਵਿਗੜ ਗਿਆ ਫਿਲਮ ਦੇ ਸੈੱਟ ਤੇ ਨਜ਼ਰ ਆ ਰਹੇ ਨੇ ਸੀਨਸ ਡਿਸਕਸ ਕਰਦੇ ਹੋਏ। ਤੇ ਨਾਲ ਹੀ ਜੈ ਰੰਧਾਵਾ ਨੇ ਰੀਸੈਂਟਲੀ ਆਪਣੇ ਮੰਮੀ ਦੇ ਨਾਲ ਵੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਹੈ। ਬਹੁਤ ਹੀ ਪਿਆਰੀ ਵੀਡੀਓ ਹੈ, ਸੋਸ਼ਲ ਮੀਡੀਆ ਤੇ ਵੀਡੀਓ ਨੂੰ ਕਾਫੀ ਪਿਆਰ ਮਿਲਿਆ, ਬੜੇ ਹੀ ਇਨੋਸੈਂਟ ਅੰਦਾਜ਼ ਨਜ਼ਰ ਆ ਰਿਹਾ ਹੈ ਸਾਨੂੰ ਇਸ ਵੀਡੀਓ ਦੇ ਵਿੱਚ। ਜੈ ਰੰਧਾਵਾ ਤੇ ਉਹਨਾਂ ਦੇ ਮਦਰ ਦਾ ਉਹਨਾਂ ਦਾ ਬੌਂਡ ਨਜ਼ਰ ਆ ਰਿਹਾ ਹੈ, ਸੋ ਤੁਸੀਂ ਇਸ ਵੀਡੀਓ ਨੂੰ ਵੀ ਆਪਣੀਆਂ ਸਕਰੀਨਸ ਤੇ ਵੇਖ ਸਕਦੇ ਹੋ। ਇਹ ਮੇਰੀ ਮੰਮੀ ਹੈ। ਹੁਣ ਜੇਕਰ ਗੱਲ ਕਰੀਏ ਜੇ ਜੱਟ ਵਿਗੜ ਗਿਆ ਫਿਲਮ ਦੀ, ਤੇ ਫਿਲਮ ਜਲਦੀ ਹੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ 17 ਮਈ 2024 ਯਾਨੀ ਕਿ ਅਗਲੇ ਮਹੀਨੇ 17 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਫਿਲਮ ਦੇ ਵਿੱਚ ਸਾਨੂੰ ਜੈ ਰੰਧਾਵਾ ਤੇ ਦੀਪ ਸਹਿਗਲ ਦੀ ਜੋੜੀ ਨਜ਼ਰ ਆਉਣ ਵਾਲੀ ਹੈ। ਜੈ ਰੰਧਾਵਾ ਤੇ ਦੀਪ ਸਹਿਗਲ ਪਹਿਲੀ ਵਾਰ ਇੱਕ ਦੂਜੇ ਦੇ ਅਪੋਜ਼ਿਟ ਨਜ਼ਰ ਆਉਣ ਵਾਲੇ ਨੇ। ਤੇ ਉੱਥੇ ਹੀ ਜੇਕਰ ਫਿਲਮ ਦੇ ਬਾਕੀ ਕ੍ਰੈਡਿਟਸ ਦੀ ਗੱਲ ਕਰੀਏ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਮਨੀਸ਼ ਭੱਟ ਦੇ ਵੱਲੋਂ। ਤੇ ਇਹ ਵੀ ਦੱਸਦੇ ਕਿ ਇਸ ਫਿਲਮ ਦੀ ਕਹਾਣੀ ਸਾਊਥ ਦੇ ਮਸ਼ਹੂਰ ਫਿਲਮ ਰਾਈਟਰ ਜੇ ਮਹਾਰਿਸ਼ੀ ਦੇ ਵੱਲੋਂ ਲਿਖੀ ਗਈ ਹੈ। ਮਿਊਜ਼ਿਕ ਦੀ ਜ਼ਿੰਮੇਵਾਰੀ ਸਾਂਭੀ ਗਈ ਹੈ ਐਵੀ ਸਰਾਹ ਦੇ ਵੱਲੋਂ। ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਦਲਜੀਤ ਥਿੰਡ ਐਂਡ ਕੋ ਪ੍ਰੋਡਿਊਸ ਕੀਤਾ ਗਿਆ ਹੈ ਜੱਗ ਬੋਪਾਰਾਏ ਐਂਡ ਅਮਰਜੀਤ ਸਿੰਘ ਸਰਾਉਂ ਦੇ ਵੱਲੋਂ। ਯਾਨੀ ਕਿ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਦਲਜੀਤ ਥਿੰਡ, ਥਿੰਡ ਮੋਸ਼ਨ ਫਿਲਮਸ ਇਨ ਐਸੋਸੀਏਸ਼ਨ ਵਿਦ ਜੈਪ ਪ੍ਰੋਡਕਸ਼ਨਸ ਐਂਡ ਐਮੋਰ ਫਿਲਮਸ। ਸੋ ਫਿਲਮ ਜਲਦੀ ਹੀ ਰਿਲੀਜ਼ ਹੋ ਜਾਵੇਗੀ, ਕਿੰਨੇ ਐਕਸਾਈਟਿਡ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਜੈ ਰੰਧਾਵਾ ਦੀਆਂ ਫੋਟੋਜ਼ ਦੇਖ ਕੇ ਜਾਂ ਉਹਨਾਂ ਦੇ BTS ਦੇਖ ਕੇ ਤੁਹਾਨੂੰ ਕੀ ਲੱਗ ਰਿਹਾ ਕਿ ਫਿਲਮ ਦੇ ਵਿੱਚ ਕੀ ਕੁਝ ਖਾਸ ਹੋਣ ਵਾਲਾ ਹੈ, ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਦੇ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।